ਸਤਿਕਾਰਯੋਗ ਬਾਬਾ ਜੀ ਗੱਠਿਆਂ ਸਿੰਘ ਗਿੱਲ ਤੇ ਹੋਰ ਤਰਵਾਂ ਦੇ ਸਰਜਨ ਜੋ ਕਿ ਨਿਊਯਾਰਕ ਤੋਂ ਦੂਰੋਂ ਦੂਰੋਂ ਕੈਨੇਡਾ ਤੋਂ ਆਏ ਨੇ। ਮੈਂ ਸਾਰਿਆਂ ਨੂੰ ਇੱਥੇ ਨਿਊਯਾਰਕ ਆਇਆ ਨੂੰ ਵੈਲਕਮ ਕਹਿੰਦਾ। ਬਾਬਾ ਜੀ ਹੋਣੀ ਇੱਥੇ ਨਿਊਯਾਰਕ ਦੀ ਧਰਤੀ ਤੇ 21-22 ਸਾਲ ਤੋਂ ਆ ਰਹੇ ਤੁਸੀਂ ਸਾਰੀ ਸੰਗਤ ਨੇ ਬਹੁਤ ਹੀ ਸੇਵਾ ਕੀਤੀ ਹੈ ਇੱਥੇ ਜੋ ਮੈਂ ਸਿੰਘ ਦੇਖ ਰਿਹਾ ਪਰਮਜੀਤ ਸਿੰਘ ਹੋਣੀ ਬੇਦੀ ਸਾਹਿਬ ਸਿੰਦਰ ਸਿੰਘ ਜੀ ਚਾਵਲਾ ਸਾਹਿਬ ਹਰਚੰਦ ਸਿੰਘ ਲਾਟੀ ਇੱਧਰ ਨੇ ਜਸਵੰਤ ਸਿੰਘ ਹੋਣੀ ਮੇਰੇ ਵੀਰ ਭੁਪਿੰਦਰ ਸਿੰਘ ਹੋਣੀ ਆਪਣੇ ਪੰਜਾਬ ਇੰਸ਼ੋਰੈਂਸ ਵਾਲੇ ਹੋਰ ਇਹਦੇ ਸੱਚਾ ਕਿਹੜੇ ਵੀ ਨੇ ਚਰਨ ਸਿੰਘ ਹੋਣੀ ਬਾਕੀ ਉਪਰਿੰਦ ਸਾਹਿਬ ਬੈਠੇ ਨੇ। ਮੈਂ ਕੀ ਕਹਿਣਾ ਢਿੱਲੋਂ ਸਾਹਿਬ ਤੁਸੀਂ ਇਹ 20 ਸਾਲਾਂ 'ਚ ਬਹੁਤ ਸੇਵਾ ਕੀਤੀ ਆ ਜਿਹੜੀਆਂ ਅੱਜ 120 ਅਕੈਡਮੀਆਂ ਬਣ ਕੇ ਤਿਆਰ ਹੋਈਆਂ ਨੇ ਨਿਊਯਾਰਕ ਅਮਰੀਕਾ ਸੰਸਥਾ ਦੇ ਵਿੱਚ ਬਹੁਤ ਸਹਿਯੋਗ ਆ। ਮੈਂ ਇਹ ਧੰਨ ਸਾਹਿਬ ਨੂੰ ਫਿਰ ਇਹ ਹੀ ਅਪੀਲ ਕਰ ਰਿਹਾ ਕਿ ਇੱਕ ਮਿੰਟ ਪਵਾ ਕੇ ਆਇਆ ਕਿ ਜਦੋਂ ਆਪਾਂ ਪਹਿਲਾਂ ਹਮਲਾ ਮਾਰਿਆ ਹੁਣ ਇੱਕ ਛੋਟਾ ਜਿਹਾ ਹਮਲਾ ਮਾਰ ਕੇ ਗੁਰੂ ਜੀ ਕਾਸ਼ੀ ਵਾਸਤੇ ਜੋ ਕਿ ਬਾਬਾ ਜੀ ਹੋਣਾ ਦੇ ਤੁਹਾਨੂੰ ਫਜ਼ਲ ਸੁਣੇ ਨੇ ਇਹਨਾਂ ਦੀਆਂ ਆਪਾਂ ਬਾਬਾ ਜੀ ਨੂੰ ਇਹ ਵਿਸ਼ਵਾਸ ਚਾਉਣਾ ਕਿ ਬਾਬਾ ਜੀ ਅਕੈਡਮੀ ਨਵੰਬਰ ਦਾ ਕੀ ਕਹਿੰਦੀ ਹੈ ਇਹ ਅਮਰੀਕਾ ਦੀ ਸੰਗਤ ਅਤੇ ਤੁਸੀਂ ਪਹਿਲਾਂ ਵੀ ਤੁਸੀਂ ਇਹਨਾਂ ਨੂੰ ਪਰਖਿਆ ਅਸੀਂ ਤੁਹਾਨੂੰ ਇਹ ਵਿਸ਼ਵਾਸ ਚਾਹੁੰਦੇ ਹਾਂ ਕਿ ਇਹ ਜਿਹੜੀ ਯੂਨੀਵਰਸਿਟੀ ਜਿਹੜੀ ਆ ਇਹ ਤਿਆਰ ਹੋਏਗੀ ਅਤੇ ਨੀਲਾ ਦੀ ਸੰਗਤ ਪੁੱਛੇ ਤਾਂ ਜਿੱਦਾਂ ਪਹਿਲਾਂ ਯੋਗਦਾਨ ਪਾ ਕੇ ਆਪਣਾ ਦਸਵੰਧ ਦਿੰਦੇ ਰਹੀ ਅੱਗੋਂ ਅੱਜ ਵੀ ਦਸਵੰਧ ਕਰਾਂਗੇ। ਕੱਲ੍ਹ ਨੂੰ ਵੀ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਜੋ ਮਰਜ਼ੀ ਅੱਜ ਆਪਾਂ ਦੇ ਕੇ ਜਾਣਾ ਇੱਥੇ ਆਪਾਂ ਜਿੰਨੇ ਵੀ ਮੇਰੇ ਵੀਰ ਇੰਦਰਜੀਤ ਹੋਈ ਚਾਹੀਦੀ ਸਾਰੇ ਬੈਠੇ ਨੇ ਸਾਰਿਆਂ ਵਾਲੀ ਮੇਰੀ ਇਹੀ ਬੇਨਤੀ ਆ ਕਿ ਆਪਾਂ ਅੱਜ ਆਪਣੇ ਨੇਕ ਮਾਈ ਦੇ ਵਿੱਚੋਂ ਦਸਵੰਦ ਦੇ ਕੇ ਆਪਾਂ ਇੱਥੇ ਇਸ ਗੁਰੂ ਦੀ ਕਾਸ਼ੀ ਵਾਸਤੇ ਆਪਣਾ ਹਿੱਸਾ ਪਾਉਣਾ ਇੰਨੇ ਕੁ ਸਦਾ ਨਾਮ ਹੈ ਸਾਰਿਆਂ ਦਾ ਆਇਆਂ ਦਾ ਸੰਦਰ ਤੁਹਾਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਮੈਂ ਸਾਧ ਸੰਗਤ ਨੂੰ ਆਦਾਂ ਸਾਡਾ ਗਲੋਬਲ ਪੰਜਾਬ ਵਾਲਿਆਂ ਨੇ ਜੋ ਕਿ ਆ ਉਹਨਾਂ ਦਾ ਵੀ ਖਾਜਾ ਦੇ ਧਨਵਾਦੀ ਆ ਪੀਸੀ ਵਾਲਿਆਂ ਦਾ ਜਾਂ ਪੰਜਾਬੀ ਵਾਲਿਆਂ ਦਾ ਕਿਉਂਕਿ ਮੀਡੀਆ ਤੋਂ ਬਗੈਰ ਕੁਝ ਨਹੀਂ ਮੀਡੀਆ ਵਾਲਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਵੀ ਧਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।